ਟਿਕਟੌਕ ਦੇ ਸੀਈਓ ਉਹ ਕਾਂਗਰਸ ਦੇ ਮੋਰੇ ਪੇਸ਼ ਜਿਹੜੇ ਹੋਏ ਜਿੱਥੇ ਦੋਨਾਂ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਉਹਨਾਂ ਨੂੰ ਕਈ ਜਿਹੜੇ ਆ ਉਹ ਕਰੜੇ ਸਵਾਲ ਵੀ ਇਸ ਦੇ ਵਿੱਚ ਪੁੱਛੇ ਟਿਕਟੌਕ ਦੇ ਜਿਹੜੇ ਸੀਈਓ ਸੂਜੀ ਚੂ ਜਿਹੜੇ ਉਹ ਸਾਹਮਣੇ ਸੀਗੇ ਤੇ 5 ਘੰਟੇ ਤੱਕ ਇਹ ਜਿਹੜੀ ਹੇਰਿੰਗ ਆ ਉਹ ਚੱਲਦੀ ਰਹੀ ਜਿਸ ਦੇ ਵਿੱਚ ਟਿਕਟੌਕ ਦੇ ਜਿਹੜੇ ਸੀਓ ਆ ਉਹਨਾਂ ਨੇ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਕੇਸ ਤਰੀਕੇ ਦੇ ਨਾਲ ਅਮਰੀਕੀ ਲੋਕਾਂ ਦਾ ਜਿਹੜਾ ਡਾਟਾ ਆ ਉਹ ਸੁਰੱਖਿਅਤ ਰਹੂਗਾ ਰਿਪrezentਟੇਟਿਵ ਬੜੀ ਕਾਰਟਰ ਜਿਹੜੇ ਜਾਰਜੀਆ ਤੋਂ ਰਿਪਬਲਿਕਨ ਪਾਰਟੀ ਦੇ ਵੱਲੋਂ ਉਹਨਾਂ ਨੇ ਕਿਹਾ ਵੀ ਮੌਜੂਦਾ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਬਾਈਪਾਰਟਿਜ਼ਨ ਕਮੇਟੀ ਦੇ ਵਿੱਚ ਤੁਹਾਨੂੰ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਇਸ ਮੁੱਦੇ ਦੇ ਉੱਤੇ ਦੋਨੋਂ ਈ ਤਰ੍ਹਾਂ ਦੇ ਜਿਹੜੇ ਲਾਅ ਮੇਕਰਸ ਆ ਅਮਰੀਕਨ ਡਾਟਾ ਨੂੰ ਲੈ ਕੇ ਜਿੰਤਾਤ ਨਜ਼ਰ ਆ ਰਿਹਾ ਵੀ ਟਿਕਟਾਕ ਤੇ ਜਿਹੜੀ ਚੀਨੀ ਸਰਕਾਰ ਆ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਵਰਤ ਰਹੀ ਹੋਊਗੀ ਸੋ ਅ ਅੱਜ ਇਸ ਦੇ ਜਿਹੜੇ ਉਹ ਸਾਹਮਣੇ ਪੇਸ਼ ਹੋਏ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਫੈਡਰਲ ਸਰਕਾਰ ਦੇ ਉਪਕਰਨਾ ਦੇ ਉੱਤੇ ਉਹਨਾਂ ਦੇ ਇਕਵਿਪਮੈਂਟ ਦੇ ਉੱਤੇ ਸਾਰਿਆਂ ਦੇ ਉੱਤੇ ਟਿਕਟਾਕ ਬੈਨ ਆ ਕਈ ਸਟੇਟਸ ਨੇ ਆਪਣੇ ਪੱਧਰ ਤੇ ਵੀ ਨਾਲ ਬੈਨ ਕਰਤਾ ਕਈ ਜਿਹੜੀਆਂ ਯੂਨੀਵਰਸਿਟੀਆਂ ਨੇ ਕੀਤਾ ਤੇ ਹੋਰ ਮੁਲਕਾਂ ਦੇ ਵਿੱਚ ਵੀ ਇਹ ਵੇਵ ਜਿਹੜੀ ਆ ਇਸ ਟਾਈਮ ਚੱਲ ਰਹੀ ਹੈਗੀ ਆ ਸੋ ਆ ਇਹ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਇਸ ਦੇ ਵਿੱਚ ਬੰਨਦਾ ਆ ਬੈਨ ਆਉਂਦਾ ਆ ਜਾਂ ਇਸ ਐਪ ਦੀ ਜਿਹੜੀ ਉਹ ਸੇਲ ਹੋਊਗੀ ਇਹ ਇਸ ਟਾਈਮ ਹੁਣ ਵੱਡੇ ਜਿਹੜੇ ਸਵਾਲ ਉਹ ਰਹਿ ਗਏ ਨੇ ਜੀ ਬਿਲਕੁਲ ਸੋ ਪਹਿਲੀ ਵਾਰੀ ਟਿਕਟੌਕ ਦਾ ਸੀਈਓ ਜਿਹੜਾ ਉਹ ਹੋ ਕਾਂਗਰਸ ਦੇ ਸਾਹਮਣੇ ਪੇਸ਼ ਹੋਇਆ ਹੈਗਾ ਇਸ ਕਮੇਟੀ ਦੇ ਤੇ ਅਗਲੀ ਖਬਰ ਵੱਲ ਚਲੀਏ ਡੈਨਵਰ ਦੇ ਵਿੱਚ ਹਾਈ ਸਕੂਲ ਚ ਦੋ ਫੈਕਲਟੀ ਦੇ ਜੋ ਮੈਂਬਰਸ ਆ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਇੱਕ 17 ਸਾਲਾਂ ਦਾ ਆਸਟਨ ਲਾਇਲ ਨਾਮ ਦਾ ਜੋ ਡੈਨਵਰ ਹਾਈ ਸਕੂਲ ਦਾ ਸ਼ੂਟਿੰਗ ਸੀ ਉਸ ਦੀ ਜਿਹੜੀ ਆ ਬਾਡੀ ਆ ਉਸ ਦੀ ਲੁੱਭ ਲਈ ਗਈ ਹੈਗੀ ਆ ਕਿਉਂਕਿ ਉਸ ਨੇ ਮੇਰੇ ਖੰਦ ਆਪਣੇ ਆਪ ਨੂੰ ਬਾਅਦ ਦੇ ਵਿੱਚ ਮਾਰ ਲਿਆ ਇਹ ਕੱਲ ਇਤਰਕਟਨਾ ਬਾਪਰੀ ਸੀਗੀ ਅਗਲੀ ਜਿਹੜੀ ਗੱਲ ਕਰਦਾ ਜੀਏ ਹਿੰਡਨਬਰਗ ਨੇ ਇੱਕ ਨਵੀਂ ਰਿਪੋਰਟ ਜਿਹੜੀ ਇਸ ਦੇ ਵਿੱਚ ਪੇਸ਼ ਕੀਤੀ ਆ ਆ ਜਿਸ ਦੇ ਵਿੱਚ ਇੱਕ ਬਲੌਕ ਜਿਹੜੀ ਕੰਪਨੀ ਆ ਉਸ ਕੰਪਨੀ ਦੀ ਜਿਹੜੀ ਐਪ ਆ ਕੈਸ਼ ਐਪ ਜਿਸ ਦੇ ਵਿੱਚ ਲੋਕ ਮਨੀ ਦਾ ਆਦਾਨ ਪ੍ਰਦਾਨ ਜਿਹੜਾ ਉਹ ਕਰਦੇ ਨੇ ਉਸ ਦੇ ਬਾਰੇ ਜਿਹੜਾ ਉਹ ਕਿਹਾ ਜਾ ਰਿਹਾ ਵੀ ਜੈਕ ਡੋਰਸੀ ਦੀ ਇੱਕ ਕੰਪਨੀ ਆ ਇਦੇ ਵਿੱਚ ਬੇਸਿਕਲੀ ਫਰਾਡ ਇਹਦੇ ਨਾਲ ਹੁੰਦਾ ਆ ਇਦਾਂ ਹੋਣ ਤੋਂ ਬਾਅਦ ਦੇ ਵਿੱਚ ਹਿੰਡਨਬਰਗ ਦੀ ਇਸ ਰਿਪੋਰਟ ਤੋਂ ਬਾਅਦ ਬਲੌਕ ਕੰਪਨੀ ਦੇ ਜਿਹੜੇ ਸ਼ੇਅਰ ਆ ਉਹ 15% ਡਿੱਗ ਗਏ ਬੀਤੇ ਮਹੀਨਿਆਂ ਦੇ ਵਿੱਚ ਹਿੰਡਨਬਰਗ ਦੇ ਦੁਆਰਾ ਜਿਹੜਾ ਇੰਡੀਅਨ ਕੰਗlomerate ਅਡਾਨੀ ਗਰੁੱਪ ਉਸਤੇ ਉਲਟ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਗਈ ਸੀ ਵੀ ਕਿਸ ਤਰ੍ਹਾਂ ਦੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਕੈਮਰ ਉਹ ਉਸ ਗਰੁੱਪ ਦੇ ਵਿੱਚ अडानी ਗਰੁੱਪ ਦੇ ਵਿੱਚ ਚੱਲ ਰਿਹਾ ਆ ਤੇ ਅੱਜ ਹਿੰਡਨਬਰਗ ਦੇ ਰੀਸੀਵਿੰਗ ਅੰਡਰ ਦੇ ਉੱਤੇ ਬਲੌਕ ਕੰਪਨੀ ਜਿਹੜੀ ਆ ਉਹ ਦੇਖੀ ਗਈ ਹੈਗੀ ਆ ਸੋ ਉਹਨਾਂ ਨੇ ਕਿਹਾ ਵੀ ਜਿਹੜੀ ਬਲੌਕ ਵਾਲੇ ਆ ਉਹਦੇ ਇੰਟਰਨਲਸ ਵਾਟ ਚ ਉਹ ਜਿਹੜਾ ਉਹ ਰੱਖਦੇ ਆ ਜਿਹੜੇ ਕੰਪਲਾਈਂਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਕਹਿੰਦੇ ਵੀ ਬਲੌਕ ਕ੍ਰਿਮੀਨਲ ਐਕਟੀਵਿਟੀ ਨੂੰ ਇਸ ਦੇ ਵਿੱਚ ਆਪਰੇਟ ਕਰਨ ਦੀ ਖੁੱਲ੍ਹੇ ਹਿਸਾਬ ਦੇ ਨਾਲ ਦਿੰਦਾ ਆ ਤੇ ਜਿਹੜੇ ਕੈਸ਼ ਐਪ ਦੇ ਜਿਹੜਾ ਯੂਜ਼ਰ ਬੇਸ ਆ ਉਸ ਨੂੰ ਬੇਸਿਕਲੀ ਵਧਾ ਚੜਾ ਕੇ ਉਹਨਾਂ ਨੰਬਰਸ ਨੂੰ ਜਿਹੜਾ ਉਹ ਦੱਸਦਾ ਆ ਜਿਹਦੇ ਨਾਲ ਇਦਾਂ ਲੱਗਦਾ ਵੀ ਜਿਹੜੀ ਪਰਫਾਰਮੈਂਸ ਬਹੁਤ ਜ਼ਿਆਦਾ ਇਹਨਾਂ ਦੀ ਵਧੀਆ ਚੱਲ ਰਹੀ ਆ ਹਿੰਡਨਬਰਗ ਰਿਪੋਰਟ ਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਕਹਿੰਦੇ ਵੀ 2 ਸਾਲ ਤੋਂ ਵੱਧ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਣ ਬੁੱਝ ਕੇ ਇਹਨਾਂ ਨੇ ਕਈ ਡੈਮੋਗ੍ਰਾਫਿਕਸ ਦਾ ਜਿਹੜਾ ਹੋ ਫਾਇਦਾ ਜਿਹੜਾ ਸਿਸਟਮੈਟਿਕਲੀ ਲਿਆ ਇਹ ਕਹਿ ਕੇ ਵੀ ਅਸੀਂ ਉਹਨਾਂ ਨੂੰ ਮਦਦ ਜਿਹੜੀ ਉਹ ਕਰ ਰਹੇ ਆ ਪਰ ਅਸਲ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਬਹੁਤ ਸਾਰੇ ਜਿਹੜੇ ਅਨ ਬੈਂਕਡ ਕਸਟਮਰਸ ਜਿਨ੍ਹਾਂ ਵਿੱਚ ਕ੍ਰਿਮੀਨਲ ਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਹੁੰਦੀਆਂ ਆ ਉਹ ਵੀ ਇਸ ਐਪ ਦਾ ਜਿਹੜਾ ਉਹ ਸਹਾਰਾ ਲੈਂਦੇ ਰਹੇ ਆ ਤੇ ਇਹਨਾਂ ਦੇ ਜਿਹੜੇ ਕੰਪਲਾਈਅੰਸ ਪ੍ਰੋਗਰਾਮ ਉਹਨਾਂ ਵਿੱਚ ਕਾਫੀ ਕਮੀਆਂ ਰਹੀਆਂ ਆ ਸੋ 35% ਕਹਿੰਦੇ ਵੀ ਕੈਸ਼ ਐਪ ਦਾ ਜਿਹੜਾ ਉਹ ਰੈਵਨਿਊ ਇੰਟਰਚੇਂਜ ਫੀਸ ਤੋਂ ਉਹਨਾਂ ਨੂੰ ਜਿਹੜਾ ਉਹ ਬਣਦਾ ਆ ਸੋ ਜਦੋਂ ਇੱਕ ਜਣਾ ਦੂਜੇ ਨੂੰ ਮਨੀ ਟ੍ਰਾਂਸਫਰ ਕਰਦਾ ਉਸ ਦੇ ਵਿੱਚ ਉਹਦੇ ذریعے ਹੀ ਇਸ ਫੀਸ ਦੇ ذریعے ਹੀ ਕਹਿੰਦੇ ਵੀ 35% ਆਪਣੀ ਇਨਕਮ ਉਹਦੇ ਚੋਂ ਬਣਾਉਂਦੇ ਨੇ